ਤੁਸੀਂ ਵੇਖ ਰਹੇ ਹੋ ਚਾਂਜਟੈਨਾਰੀ ਨਿਊਜ਼ ਬਲੇਟਿੰਗ ਲੋਪੇਜ ਨੇ ਕੁਝ ਖਬਰਾਂ ਸਪੋਰਟਸ ਵਰਤ ਤੋਂ 60 ਗੇਂਦਾਂ 129 ਦੌੜਾਂ ਸਾਲਾਂ ਤੱਕ ਯਾਦ ਰਹੇਗੀ ਸ਼ੁਭਮਨ ਗਿੱਲ ਇਸ ਆਪਕਾ ਕ੍ਰਿਕਟਰਾਂ ਨੇ ਕੀਤੀ ਸ਼ਲਾਗਾ ਇੰਡੀਅਨ ਪ੍ਰੀਮੀਅਰ ਲੀਗ 2023 ਦੇ ਦੂਜੇ ਕੁਆਲੀਫਾਇਰ ਚ ਮੁੰਬਈ ਇੰਡੀਅਨਸ ਦੇ ਖਿਲਾਫ ਸ਼ੁਭਮਨ ਗਿੱਲ ਦੀ 60 ਗੇਂਦਾਂ ਤੇ 129 ਦੌੜਾਂ ਦੀ ਪਾਰੀ ਦੀ ਸਾਪਕਾ ਕ੍ਰਿਕਟਰਾਂ ਨੇ ਰੱਜ ਕੇ ਸ਼ਲਾਗਾ ਕੀਤੀ ਹੈ ਅਤੇ ਮਹਾਨ ਬੱਲੇਬਾਜ਼ ਸੁਨੀਲ ਗਵਾਸਕਰ ਨੇ ਕਿਹਾ ਹੈ ਕਿ ਇਹ ਪਾਰੀ ਗਿੱਲ ਦੀ T20 ਫਾਰਮੈਟ ਦੇ ਵਿੱਚ ਕਲੀਨ ਸ਼ਾਟ ਖੇਡਣ ਦੀ ਕਾਬਲੀਅਤ ਦੇ ਕਾਰਨ ਬਣੀ ਹੈ ਜੋ ਕਿ ਯਾਦਗਾਰ ਰਹੇਗੀ ਗਵਾਸਕਰ ਨੇ ਸਟਾਰ ਸਪੋਰਟਸ ਨੂੰ ਕਿਹਾ ਗਿੱਲ ਦੀ ਇਹ ਪਾਰੀ ਸਾਲਾਂ ਤੱਕ ਯਾਦ ਰਹੇਗੀ ਇਸ ਵਿੱਚ ਉਸਨੇ ਮੁੰਬਈ ਦੇ ਮੁੱਖ ਗੇਂਦਬਾਜ਼ਾਂ ਤੇ ਨਿਸ਼ਾਨਾ ਸਾਧਦੇ ਹੋਏ ਵਿਰੋਧੀ ਕਪਤਾਨ ਰੋਹਿਤ ਸ਼ਰਮਾ ਨੂੰ ਆਪਣੀ ਰਣਨੀਤੀ ਬਦਲਣ ਦੇ ਲਈ ਮਜਬੂਰ ਕਰ ਦਿੱਤਾ ਇਸ ਤੋਂ ਇਲਾਵਾ ਇਸ ਪਾਰੀ ਨੂੰ ਇਸ ਲਈ ਵੀ ਯਾਦ ਰੱਖਿਆ ਜਾਵੇਗਾ ਕਿਉਂਕਿ ਉਸਨੇ T20 ਫਾਰਮੈਟ ਵਿੱਚ ਰਵਾਇਤੀ ਕ੍ਰਿਕਟ ਸ਼ਾਟ ਖੇਡੇ ਸਨ ਭਾਰਤ ਦੇ ਸਾਬਕਾ ਸਪਿਨਰ ਹਰਪਜਨ ਸਿੰਘ ਨੇ ਕਿਹਾ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਨੇ ਇੱਕ ਗੱਲ ਸਾਬਤ ਕਰ ਦਿੱਤੀ ਹੈ ਕਿ ਜੇਕਰ ਤੁਹਾਡੇ ਕੋਲ ਬੇਸਿਕਸ ਸਹੀ ਹੈ ਤਾਂ ਤੁਹਾਡੀ ਸੋਚ ਸਾਫ਼ ਹੈ ਤਾਂ ਦੌੜਾਂ ਆਪਣੇ ਆਪ ਆ ਜਾਣਗੀਆਂ ਵਿਰਾਟ ਕੋਹਲੀ ਅਤੇ ਗਿੱਲ ਨੇ ਸਾਬਤ ਕਰ ਦਿੱਤਾ ਹੈ ਦੌੜਾਂ ਬਣਾਉਣ ਦੇ ਲਈ ਸਿੰਪਟਮ ਦੀ ਲੋੜ ਨਹੀਂ ਹੈ ਇਹ ਸਪਸ਼ਟ ਸੋਚਨ ਅਤੇ ਮੂਲ ਗੱਲਾਂ ਦੇ ਨੂੰ ਸਹੀ ਕਰਨ ਤੋਂ ਹੁੰਦਾ ਹੈ ਲੋਕਾਂ ਦੇ ਅਗਲੀ ਖਬਰ ਵੱਲ ਮਲੇਸ਼ੀਆ ਮਾਸਟਰਜ਼ ਪੀਵੀ ਸਿੰਧੂ ਜਿੱਤ ਦੇ ਨਾਲ ਪੁੱਜੀ ਅਗਲੇ ਦੌਰ ਵਿੱਚ ਦੋ ਵਾਰ ਦੀ 올림픽 ਚੈਂਪੀਅਨ ਪੀਵੀ ਸਿੰਧੂ ਨੇ ਮਹਿਲਾ ਸਿੰਗਲਸ ਵਿੱਚ ਚੀਨ ਦੀ ਯੀ ਮਾਨ ਯਾਂਗ ਨੂੰ ਹਰਾ ਕੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ 6ਵਾਂ ਦਰਜਾ ਪ੍ਰਾਪਤ ਸਿੰਧੂ ਨੇ ਹੇਠਲੇ ਦਰਜੇ ਦੀ ਚਾਂਗ ਨੂੰ 21-16 13-21 22-20 ਦੇ ਨਾਲ ਹਰਾਇਆ ਵਿਸ਼ਵ ਵਿੱਚ 13ਵੀਂ ਰੈਂਕਿੰਗ ਵਾਲੀ ਸਿੰਧੂ ਨੇ ਆਲ ਇੰਗਲੈਂਡ ਓਪਨ ਦੇ ਆਖਰੀ ਬੱਤੀ ਵਿੱਚ 18ਵੀਂ ਰੈਂਕਿੰਗ ਦੀ ਝਾਂਗ ਤੋਂ ਹਾਰ ਦਾ ਵੀ ਬਦਲਾ ਲਿਆ ਸਿੰਧੂ ਦਾ ਅਗਲਾ ਮੁਕਾਬਲਾ ਵਿਸ਼ਵ ਦੀ 9ਵੇਂ ਨੰਬਰ ਦੀ ਖਿਡਾਰੀ ਇੰਡੋਨੇਸ਼ੀਆ ਦੀ ਗੈਗੋਰੀਆ ਮਾਰਕਸਾਟੀ ਦੇ ਨਾਲ ਹੋਵੇਗਾ ਇਸ ਜਿਸ ਨੇ ਦੂਜਾ ਦਰਜਾ ਪ੍ਰਾਪਤ ਕੀਤਾ ਦੀ ਯੀ ਯਾਂਗ ਵਾਂਗ ਨੂੰ 21 18 22 20 ਦੇ ਨਾਲ ਹਰਾਇਆ ਪੁਰਸ਼ ਸਿੰਗਲਜ਼ ਵਿੱਚ ਕਿੰਦਾਬੀ ਸ਼੍ਰੀਕਾਂਤ ਨੂੰ ਕੁਆਲੀਫਾਇਰ ਇੰਡੋਨੇਸ਼ੀਆ ਦੇ ਕ੍ਰਿਸਟੀਅਨ ਅਦੀਨਾਨਾ ਅਦੀਨਾਤਾ ਨੇ 16 12 21 16 21 11 ਨਾਲ ਹਰਾਇਆ ਨਵਾਂ ਅਧਿਆਗਲੀ ਖਬਰ ਬਾਲੇ এਸ਼ੀਆ ਕੱਪੇਡਨ ਨੂੰ ਲੈ ਕੇ ਭਾਰਤ-ਪਾਕ ਵਿੱਚ ਰੇਡ ਕਾ ਬਰਕਰਾਰ ਜੈ ਸ਼ਾ ਦਾ ਅਹਿਮ ਬਿਆਨ ਆਇਆ ਸਾਹਮਣੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾ ਨੇ ਵੀਰਵਾਰ ਨੂੰ ਕਿਹਾ ਹੈ ਕਿ এਸ਼ੀਆ ਕੱਪ ਦੇ ਸਥਾਨ ਦਾ ਫੈਸਲਾ ਆਈਪੀਐਲ ਫਾਈਨਲ ਤੋਂ ਬਾਅਦ ਹੋਣ ਵਾਲੀ ਬੈਠਕ ਵਿੱਚ ਕੀਤਾ ਜਾਵੇਗਾ ਜਿਸ ਵਿੱਚ এਸ਼ੀਆਈ ਕ੍ਰਿਕਟ ਕੌਂਸਲ ਦੇ ਚੋਟੀ ਦੇ ਅਧਿਕਾਰੀ ਹਾਜ਼ਰ ਹੋਣਗੇ ਪਾਕਿਸਤਾਨ ਕੋਲ ਇਸ ਸਾਲ এਸ਼ੀਆ ਕੱਪ ਦੀ ਮੇਜ਼ਬਾਨੀ ਦਾ ਅਧਿਕਾਰ ਹੈ ਪਰ ਭਾਰਤੀ ਕ੍ਰਿਕਟ ਟੀਮ ਕੇਂਦਰ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਗੁਆਂਢੀ ਦੇਸ਼ ਦੀ ਯਾਤਰਾ ਨਹੀਂ ਕਰ ਸਕਦੀ ਅਜਿਹੇ ਵਿੱਚ ਪਾਕਿਸਤਾਨ ਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਨਜ਼ਮ ਸੇਠੀ ਨੇ ਇੱਕ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਰੱਖਿਆ ਜਿਸ ਦੇ ਨਾਲ ਉਹਨਾਂ ਦੇ ਦੇਸ਼ ਵਿੱਚ 4 ਮੈਚਾਂ ਦਾ ਆਯੋਜਨ ਹੋ ਸਕਦਾ ਹੈ ਅਤੇ ਭਾਰਤ ਆਪਣੇ ਮੈਚ ਨਿਰਪੱਖ ਸਥਾਨ ਤੇ ਖੇਡੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸੇਠੀ ਨੂੰ ਆਈਪੀਐਲ ਫਾਈਨਲ ਦੇ ਲਈ ਰਸਮੀ ਤੌਰ ਤੇ ਸੱਦਾ ਦਿੱਤਾ ਗਿਆ ਹੈ ਜਾਂ ਨਹੀਂ ਜੈ ਸ਼ਾਣ ਨੇ ਦੱਸਿਆ ਕਿ ਏਸ਼ੀਆ ਕੱਪ ਦਾ ਸਥਾਨ ਅਜੇ ਤੈ ਨਹੀਂ ਹੋਇਆ ਹੈ ਅਸੀਂ ਇਸ ਸਮੇਂ ਆਈਪੀਐਲ ਵਿੱਚ ਰੁਚੇ ਹੋਏ ਸੀ ਪਰ ਸ਼੍ਰੀਲੰਕਾ ਕ੍ਰਿਕਟ ਬੰਗਲਾਦੇਸ਼ ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਪ੍ਰਮੁੱਖ ਅਧਿਕਾਰੀ ਆਈਪੀਐਲ ਫਾਈਨਲ ਦੇ ਕੰਦੇ ਲਈ ਆ ਰਹੇ ਹਨ ਅਸੀਂ ਇਸ ਤੇ ਚਰਚਾ ਕਰਾਂਗੇ ਅਤੇ ਟੁਕਮੇ ਸਮੇਂ ਤੇ ਫੈਸਲਾ ਲਵਾਂਗੇ